ਕੀ ਨਾਮ ਹੈ ਸਰ ਤੁਹਾਡਾ ਸੁਨੀਲ ਸਿੰਘ ਅੱਛਾ ਕਿੱਥੋਂ ਆਏ ਹੋ ਤੁਸੀਂ ਸੰਗਰੂਰ ਤੋਂ ਅੱਛਾ ਤੇ ਤੁਹਾਨੂੰ ਮੈਂ ਕਾਲਮ ਸੀਗੀ ਕਦੋਂ ਤੋਂ ਸੀਗੀ ਫਿਰੋਲਾ ਦੀ ਇਹ ਪਹਿਲਾਂ ਤਾਂ ਹੀ ਬਾਬਾ ਸੀ ਦਾ ਜੀ ਇੱਥੇ ਕਰਕੇ ਬਸ ਕੰਮ ਮਿਲ ਵਧ ਗਿਆ ਅੱਛਾ ਉਹਨੇ ਮੈਨੂੰ 1.5 ਸਾਲ ਦਾ ਨਹੀਂ ਸੀ ਤੇ ਪਹਿਲਾਂ ਬਾਬਾ ਸੀ ਦਾ ਆਪਰੇਸ਼ਨ ਕਰਾਇਆ ਸੀ ਤੁਸੀਂ ਹਾਂ ਜੀ ਉਸ ਤੋਂ ਬਾਅਦ ਕੋਈ ਨਹੀਂ ਦੀ ਪ੍ਰੋਬਲਮ ਹਾਂ ਜੀ ਅੱਛਾ ਕਿੱਥੇ ਟ੍ਰੀਟਮੈਂਟ ਕਰਵਾਇਆ ਸੀ ਤੁਸੀਂ ਇਹਦਾ ਇਹ ਪਹਿਲਾਂ ਤਾਂ ਮੈਨੇ ਉੱਥੇ ਸੂਰੇ ਕਰਾ ਦੀ ਕੰਸਲ ਤੇ ਹਾਂ ਜੀ ਫਿਰ ਉਸ ਤੋਂ ਬਾਅਦ ਪਟਿਆਲੇ ਕਰਾਇਆ ਜੀ ਅੱਛਾ ਪਟਿਆਲੇ ਤੋਂ ਬਾਅਦ ਫਿਰ ਅਮਨਦੀਪ ਦੇ ਅਮਨਦੀਪ ਤੋਂ ਬਾਅਦ ਅਜਮੇਰ ਦੇ ਅੱਛਾ ਜੀ ਕੋਈ ਫਰਕ ਨਹੀਂ ਪਿਆ ਜੀ ਅੱਛਾ ਮਾਮਲੇ ਇੱਥੇ ਆ ਕੇ ਥੋੜਾ ਜਿਹਾ ਮੈਨੂੰ ਮਹਿਸੂਸ ਹੋਇਆ ਥੋੜਾ ਕਿ ਬਿਲਕੁਲ ਹੀ ਹੈ ਠੀਕ ਹੈ ਜੀ ਅੱਛਾ ਤੇ ਇੱਕ ਸਮ ਹਸਪੀਟਲ ਬਾਰੇ ਫੋਨ ਕਿਵੇਂ ਪਤਾ ਲੱਗਿਆ ਸੀ ਫਿਰ ਇਸ ਵੇ ਆਪਣੇ ਰਿਸ਼ਤੇਦਾਰ ਨੇ ਇਹਨਾਂ ਨੇ ਦੱਸਿਆ ਅੱਛਾ ਇਸ ਕਰਕੇ ਇਸ ਤਰ੍ਹਾਂ ਦਿਖਾਣ ਨਹੀਂ ਆਈ ਸੀ ਹਾਂ ਤਾਂ ਕੁਦਰਤ ਦੇ ਜਿਹੜੇ ਮਾਲਕ ਨੇ ਸੁਣ ਲਈ ਠੀਕ ਹੈ ਜੀ ਅੱਛਾ ਤੇ ਫਿਰ ਆਪਰੇਸ਼ਨ ਤੋਂ ਬਾਅਦ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਇਸ ਦਾ ਵਾ ਠੀਕ ਹੈ ਬਿਲਕੁਲ ਠੀਕ ਹੈ ਕੋਈ ਐਸੀ ਦਿੱਕਤ ਤੋਂ ਨਹੀਂ 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 ਨੋ ਪ੍ਰੋਬਲਮ ਹਸਪੀਟਲ ਦੇ ਵਿੱਚ ਕੋਈ ਪ੍ਰੋਬਲਮ ਆਈ ਹੋਵੇ ਨਹੀਂ 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 ਕੋਈ ਨਹੀਂ ਬਾਕੀ ਸਟਾਫ ਵੱਲੋਂ ਜਾਂ ਡਾਕਟਰ ਵੱਲੋਂ ਨਹੀਂ 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 ਓਕੇ ਸਾਰੇ ਅੱਛਾ ਤੇ ਹੁਣ ਤੁਸੀਂ ਆਪਰੇਸ਼ਨ ਤੋਂ ਬਾਅਦ ਕਿਹਦਾ ਫੀਲ ਕਰ ਰਹੇ ਹੋ ਬੜੀਆ ਹੀ ਬਹੁਤ ਠੀਕ ਹੈ ਕੋਈ ਚੱਲਣ ਫਿਰਨ ਤੋਂ ਪ੍ਰੋਬਲਮ ਕੋਈ ਨਹੀਂ 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 ਕੋਈ ਦਿੱਕਤ ਨਹੀਂ ਹਾਂਜੀ ਸਰ ਜਿਹੜੇ ਹੁਣ ਤੁਸੀਂ ਜਿਵੇਂ ਭਗੰਦਰ ਦੇ ਮਰੀਜ਼ ਸੀਗੇ ਆਪਰੇਸ਼ਨ ਤੋਂ ਬਾਅਦ ਤੁਸੀਂ ਬਹੁਤ ਅੱਛਾ ਫੀਲ ਕਰ ਰਹੇ ਹੋ ਤਾਂ ਜਿਹੜੇ ਹੁਣ ਬਾਕੀ ਪੇਸ਼ੈਂਟ ਹੁੰਦੇ ਨੇ ਬਵਾਸੀਰ ਦੇ ਜਾਂ ਭਗੰਦਰ ਦੇ ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਇਹ ਵੀ ਉਹ ਕਿਸੇ ਹੋਰ ਦੁਕਾਨ ਨਾਲੋਂ ਇਹ ਹਸਪੀਟਲ ਦੁਕਾਨ ਹਾਂ ਹਸਪੀਟਲ ਬੋਲਿਆ ਸਾਰਿਆਂ ਨੂੰ ਠੀਕ ਹੈ ਜੀ ਹਾਂ ਸਾਰੇ ਸਟਾਫ ਵੀ ਠੀਕ ਹੈ ਡਾਕਟਰ ਸਾਹਿਬ ਵੀ ਠੀਕ ਨੇ ਜੀ ਮੇਰੇ ਇਲਾਜ ਹੀ ਪੱਕਾ ਹੋ ਰਿਹਾ ਜੀ